ਕੀ ਕਹਿਣਾ ਚਾਹੁੰਦੇ ਜੀ ਅੱਜ? ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਜਿਨ੍ਹਾਂ ਨੇ ਇਸ ਗੁਰੂ ਦੀ ਨਗਰੀ ਜਿਹੜੀ ਕਿ ਵਿਸ਼ਵ ਵਿਖਿਆਤ ਆਪਣੀ ਅਲੱਗ ਪਹਿਚਾਣ ਰੱਖਦੀ ਹੈ ਨਗਰੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਗੁਰੂ ਰਾਮਦਾਸ ਦਾ ਇਹ ਪਵਿੱਤਰ ਅਸਥਾਨ, ਡਿੱਠੇ ਸੱਭੇ ਥਾਂ ਨਹੀਂ ਤੁਧ ਜਿਹਾ ਅੰਮ੍ਰਿਤਸਰ ਸਿਫਤੀ ਦਾ ਘਰ। ਪੂਰੀ ਦੁਨੀਆਂ ਦੇ ਵਿੱਚ ਲੋਕ ਕਿਤੇ ਵੀ ਬੈਠੇ ਨੂੰ ਲੋਚਦੇ ਆ ਕਿ ਗੁਰੂ ਨਗਰੀ ਜਾਈਏ ਅਤੇ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਨਤਮਸਤਕ ਹੋਈਏ, ਦਰਬਾਰ ਸਾਹਿਬ ਜਾਈਏ, ਸਵਰਨ ਮੰਦਰ, ਅਤੇ ਉੱਥੇ ਸੇਵਾ ਕਰੀਏ। ਕਿੱਡੇ ਭਾਗਾਂ ਵਾਲੇ ਹਾਂ ਕਿ ਗੁਰੂ ਸਾਹਿਬ ਨੇ ਇਸ ਨਿਮਾਣੇ ਦਾਸ ਨੂੰ ਇਸ ਨਗਰੀ ਦੀ ਸੇਵਾ ਵਾਸਤੇ ਪਹਿਲਾਂ ਵੀ ਚੁਣਿਆ ਸੀ, ਅਤੇ ਮੈਂ ਇੱਥੋਂ ਆਪਣੇ ਦਿਲੋਂ ਇਮਾਨਦਾਰੀ ਨਾਲ 18-18 ਕੰਮ ਘੰਟੇ ਕੰਮ ਕਰਕੇ ਆਪਣੀ ਡਿਊਟੀ ਪੂਰੀ ਕੀਤੀ ਸੀ, ਸੇਵਾ ਕੀਤੀ ਸੀ। ਸੇਵਾ ਕੀਤੀ ਸੀ ਜਿਹੜੀ ਲੋਕਾਂ ਨੂੰ ਯਾਦ ਆ। ਲੋਕ ਝੂਠ ਦੇ ਜਾਲ 'ਚ ਫਸ ਗਏ, ਕੈਪਟਨ ਦੀਆਂ ਸਹੁੰਆਂ 'ਚ ਫਸ ਗਏ, ਕੇਜਰੀਵਾਲ ਦੇ ਮਾਡਲ 'ਚ ਫਸ ਗਏ, ਦਿੱਲੀ ਮਾਡਲ। ਮੇਰਾ ਤਾਂ ਮਾਡਲ ਨਾ ਦਿੱਲੀ ਦਾ ਅਤੇ ਨਾ ਮੇਰਾ ਮਾਡਲ ਗੁਜਰਾਤ ਦਾ, ਮੇਰਾ ਮਾਡਲ ਤਾਂ ਇੱਥੇ ਹੀ ਆ। ਜੋ ਲੋਕਾਂ ਨੇ ਇੱਕ ਇੱਕ ਮਿੰਟ ਫੀਲ ਕੀਤਾ, ਜਿਸ ਮਾਡਲ ਨੂੰ ਲੋਕਾਂ ਨੇ ਇੰਜੋਏ ਕੀਤਾ, ਅਸੀਂ ਅੰਮ੍ਰਿਤਸਰ ਦੀ ਨੂੰ ਯੂਰਪ ਦੀ ਲੁੱਕ ਦੇ ਦਿੱਤੀ ਸੀ, ਐਂਡ ਟੂ ਐਂਡ ਵਾਲ ਟੂ ਵਾਲ ਜਗਮਗ ਜਗਮਗ ਕਰਦਾ ਸ਼ਹਿਰ। ਹੈਰੀਟੇਜ ਸਟਰੀਟ ਜਦੋਂ ਪੜਦਾ ਹਟਾਇਆ ਗਿਆ ਸੀ ਅਤੇ ਚੁੰਦੇ ਆ ਗਏ ਸੀ ਲੋਕ ਜਿਹੜੇ ਦੇਖਣ ਗਏ ਸੀ, ਅਤੇ ਜਿਹੜਾ ਜਿਹੜਾ ਆਉਂਦਾ ਸੀ, ਜਿਹੜਾ ਜਿਹੜਾ ਉਸ ਤੋਂ ਬਾਅਦ ਗੁਰੂ ਨਗਰੀ ਦੇ ਵਿੱਚ ਆਇਆ, ਉਹਨੇ ਜਾ ਕੇ ਆਪਣੇ ਜਿੱਥੇ ਵੀ ਗਿਆ, ਬਾਹਰੋਂ ਆਇਆ, ਦੇਸ਼ 'ਚੋਂ ਆਇਆ, ਉਹਨਾਂ ਨੇ ਜਾ ਕੇ ਕਿਹਾ ਜਾਓ ਵੇਖ ਕੇ ਆਓ, ਸਵਰਗ ਦਾ ਨਮੂਨਾ ਬਣ ਗਿਆ ਇਹ ਅੰਮ੍ਰਿਤਸਰ ਸਾਹਿਬ। ਅਤੇ 10 ਗੁਣਾ ਤੋਂ ਵੱਧ ਟੂਰਿਸਟ ਵੱਧ ਗਿਆ, 10 ਗੁਣਾ ਹੋਟਲ ਬਣ ਗਏ, ਰੈਸਟੋਰੈਂਟ ਬਣ ਗਏ, ਕਨਵੀਨੈਂਸ ਬਣ ਗਈਆਂ, ਟੈਕਸੀਆਂ, ਆਟੋ, ਛੋਟੀਆਂ ਦੁਕਾਨਾਂ ਵੱਡੀਆਂ। 70% ਰੁਜ਼ਗਾਰ ਜੇ ਅੱਜ ਲੋਕਾਂ ਦਾ ਹੈ ਅਤੇ ਇਹ ਹੈਰੀਟੇਜ ਸਟਰੀਟ ਕਰਕੇ, ਟੂਰਿਜ਼ਮ ਕਰਕੇ ਸਾਡਾ ਪਿੰਡ ਬਣਿਆ, ਵਾਰ ਮੈਮੋਰੀਅਲ ਬਣਿਆ, ਇਸ ਤਰ੍ਹਾਂ ਅਲੱਗ ਅਲੱਗ ਕਿਲ੍ਹਾ ਗੋਬਿੰਦਗੜ੍ਹ ਬਣਿਆ, ਅਰਬਨ ਹਾਰਟ ਬਣੀ, ਅਤੇ ਅੰਮ੍ਰਿਤਸਰ ਦੀ ਦਿੱਖ ਜਿਹੜੀ ਅਲੱਗ ਹੋ ਗਈ। ਇਹ ਕੰਮ ਲੋਕਾਂ ਨੇ ਵੇਖਿਆ। ਮੈਂ ਇਕੱਲੇ 'ਚ ਕੰਮ ਕੀਤਾ ਸੀ, ਮੈਂ ਮਿਨਿਸਟਰ ਬਣਿਆ, ਅੰਮ੍ਰਿਤਸਰ ਪੂਰੇ 'ਚ ਕੰਮ ਕੀਤਾ, ਅੱਜ ਪਾਰਲੀਮੈਂਟ ਮਿਲੀ ਆ, ਪਿੰਡਾਂ ਵਾਲੇ ਵੀ ਲੋਚਦੇ ਆ ਕਿ ਅਨਿਲ ਜੋਸ਼ੀ ਸਾਡੇ ਤੱਕ ਆਵੇ ਅਤੇ ਸਾਨੂੰ ਵੀ ਉਹ ਨਜ਼ਾਰੇ ਲੱਗਣ, ਉਹਨਾਂ ਦੀ ਆਸ ਹੈ। ਮੈਂ ਜਾਂਦਾ ਨਾ ਜਦੋਂ ਪਿੰਡਾਂ 'ਚ, ਇੰਨਾ ਉਤਸ਼ਾਹ, ਮੈਂ ਕਹਿੰਦਾ ਉਹਨਾਂ ਨੂੰ ਯਾਰ ਮੈਂ ਤਾਂ ਕਦੀ ਇੱਥੇ ਆਇਆ ਨਹੀਂ, ਮੈਂ ਤਾਂ ਕੰਮ ਨਹੀਂ ਕੀਤਾ, ਤੁਹਾਡੇ ਹਲਕੇ ਦੂਸਰੇ ਆ। ਕਹਿੰਦੇ ਜੀ ਸਾਨੂੰ ਪਤਾ ਤੁਸੀਂ ਲੱਤ ਲਾਉਂਦੇ ਜੇ, ਸਾਨੂੰ ਪਤਾ ਤੁਸੀਂ ਕੰਮ ਕੀਤਾ, ਤੁਸੀਂ ਕੰਮ ਵਾਲੇ ਜੇ, ਸਾਨੂੰ ਪਤਾ ਤੁਸੀਂ ਲੋਕਾਂ ਨੂੰ ਬੜੇ ਪਿਆਰ ਦੇ ਨਾਲ ਲੋਕਾਂ ਵਰਗੇ ਹੋ ਕੇ ਅਤੇ ਸੁਣਦੇ ਜੇ ਅਤੇ ਉਹਨਾਂ ਦਾ ਕੰਮ ਕਰਦੇ ਜੇ। ਇਹ ਖੁਸ਼ਬੂ ਮੇਰੇ ਕੰਮ ਦੀ ਜਿਹੜੀ ਹੈ ਨਾ, ਉਹ ਆਲਰੇਡੀ ਲੋਕਾਂ ਤੱਕ ਆ। ਮੈਂ ਤਾਂ ਹਾਲੇ ਤੱਕ ਤਾਂ ਗਿਆ ਵੀ ਨਹੀਂ ਗਾ, ਆਪਣੇ ਆਪ ਹੀ ਲੋਕ ਕਹਿ ਰਹੇ ਐਰਕੀ ਜੋਸ਼ੀ, ਐਰਕੀ ਜੋਸ਼ੀ ਨੂੰ ਜਿਤਾਉਣਾ, ਸਾਰੇ ਵੇਖ ਲਿਆ ਐਰਕੀ ਅਨਿਲ ਜੋਸ਼ੀ, ਲੋਕ ਮੂੰਹ ਕਹੀ ਜਾਂਦੇ ਆ। ਮੈਂ ਹਾਲੇ ਕੰਪੇਨ ਵੀ ਨਹੀਂ ਸ਼ੁਰੂ ਕੀਤੀ, ਇੱਕ ਪ੍ਰੋਗਰਾਮ ਕੱਲ੍ਹ ਕੀਤਾ ਮੈਂ ਈਸਟ ਦੇ ਵਿੱਚ, ਮੈਂ ਹਾਲੇ ਤੱਕ ਸਾਊਥ ਦੇ ਵਿੱਚ, ਮੈਂ ਹਾਲੇ ਤੱਕ ਕੋਈ ਪ੍ਰੋਗਰਾਮ ਨਹੀਂ ਕੀਤਾ ਜਾਂ ਮੱਥਾ ਟੇਕਣ ਗਿਆ ਵਾਂ 2-3 ਜਗ੍ਹਾ 'ਤੇ, ਅਤੇ ਇੱਕ ਪ੍ਰੋਗਰਾਮ ਸਾਰੇ ਹਲਕਿਆਂ ਦਾ ਵਿਕਰਮ ਜੀ ਨੇ ਕੀਤਾ ਸੀ। ਪਰ ਇਹ ਹੈ ਕਿ ਲੋਕ ਇੱਛਾ ਰੱਖਦੇ ਸੀ, ਲੋਕਾਂ ਨੇ ਹੱਥ ਖੜ੍ਹੇ ਕਰਕੇ ਕੰਸੈਂਸਿਸ ਬਣਾਇਆ ਕਿ ਅਨਿਲ ਜੋਸ਼ੀ ਨੂੰ ਸਾਡਾ ਕੈਂਡੀਡੇਟ ਬਣਾਓ। ਮੈਂ ਤਾਂ ਇੱਕ ਨਿਮਾਣਾ ਜਿਹਾ ਦਾਸ ਹਾਂ, ਮੇਰੀ ਕੋਈ ਇੱਛਾ ਨਹੀਂ ਸੀ ਪਾਰਲੀਮੈਂਟ ਲੜਦੀ, ਪਰ ਇਹ ਸਮਝੋ ਕਿ ਪਰਮਾਤਮਾ ਦੀ ਮਰਜ਼ੀ ਹੈ, ਉਹਦਾ ਆਪਣਾ ਹੀ ਚੱਕਰ ਘੁੰਮਦਾ ਪਿਆ ਅਤੇ ਉਹਨੇ ਆਪ ਸੇਵਾ ਮੇਰੇ ਕੋਲ ਲੈਣੀ, ਨਹੀਂ ਤਾਂ ਮੈਂ ਤਾਂ ਕਈ ਵਾਰੀ ਸੋਚਿਆ ਛੱਡੀਏ। ਪਰ ਲੋਕ ਕੰਮ ਨੂੰ ਇਮਾਨਦਾਰੀ ਨੂੰ ਗਿਣਦੇ ਨਹੀਂ,
ਲੋਕੀ ਹਵਾਵਾਂ ਫੜਦੇ ਆ, ਲੋਕੀ ਝੂਠ ਚਾਹੁੰਦੇ ਆ, ਲੋਕੀ ਗੱਪਾਂ ਚਾਹੁੰਦੇ ਆ, ਇਸ ਕਰਕੇ ਮੇਰੇ ਵਰਗੇ ਬੰਦੇ ਦਾ ਇਸ ਰਾਜਨੀਤੀ 'ਚ ਕੋਈ ਕੰਮ ਨਹੀਂ ਸਿੰਪਲ ਦਾ। ਪਰ ਇਹ ਪਰਮਾਤਮਾ ਦੀ ਕੀ ਮਰਜ਼ੀ ਆ ਮੈਨੂੰ ਨਹੀਂ ਪਤਾ, ਵੀ ਉਹਨੇ ਬਾਹੋਂ ਫੜ ਕੇ ਮੈਨੂੰ ਤੋਰ ਲਿਆ ਅਤੇ ਮੈਂ ਆਪਣਾ ਜੀਵਨ ਸਮਰਪਿਤ ਕਰਤਾ। ਮੈਂ ਭਾਗਾਂ ਵਾਲਾ ਵਾਂ ਕਿ ਮੈਨੂੰ ਇਸ ਗੁਰੂ ਦੀ ਨਗਰੀ ਦੀ ਜ਼ਿੰਮੇਵਾਰੀ ਦੇਣ ਦੀ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਆ ਉਹ ਉਠਾਉਣੀ ਹੈ। ਸੁਖਬੀਰ ਬਾਦਲ ਜੀ ਨੇ ਮੇਰੇ 'ਤੇ ਵਿਸ਼ਵਾਸ ਕੀਤਾ। ਤੁਹਾਨੂੰ ਪਹਿਲਾਂ ਮੈਂ ਦੱਸਿਆ ਕਿ ਉਹ ਨਗਰੀ ਹੈ ਜਿੱਥੇ ਦੁਨੀਆਂ ਭਰ ਦੇ ਲੋਕ ਇਸ ਸਿਫਤੀ ਦੇ ਘਰ 'ਚ ਆਉਂਦੇ ਆ ਅਤੇ ਨਤਮਸਤਕ ਹੁੰਦੇ ਆ। ਮੈਂ ਇੱਥੋਂ ਦਾ ਕੁਛ ਕਰ ਪਾਵਾਂ, ਇੱਕੋ ਹੀ ਜਨੂੰਨ ਆ, ਇੱਕੋ ਇੱਛਾ ਕਿ ਇਸ ਦੁਨੀਆਂ ਤੋਂ ਜਾਈਏ ਅਤੇ ਐਸੀਆਂ ਯਾਦਾਂ ਬਣਾ ਕੇ ਜਾਵਾਂ ਮੈਂ ਕਿ ਜਿਹੜਾ ਪੀੜ੍ਹੀਆਂ ਯਾਦ ਕਰਨ। ਮੇਰਾ ਲਾਈਫ ਦਾ ਹੋਰ ਕੋਈ ਏਜੰਡਾ ਨਹੀਂ, ਇੱਕੋ ਏਜੰਡਾ ਕਿ ਮੈਂ ਆਪਣੀ ਇਸ ਲਾਈਫ 'ਚ ਉਹ ਕੁਛ ਕਰਕੇ ਜਾਵਾਂ ਜਿਹੜਾ ਪੀੜ੍ਹੀਆਂ ਯਾਦ ਕਰਨ। ਇਹ ਪਰਮਾਤਮਾ ਨੇ ਦਿੱਤੀ ਵਿਲ ਪਾਵਰ ਆ ਵੀ ਜਿੱਥੇ ਲੱਤ ਲਾਈ ਅੱਜ ਤੱਕ ਮੈਨੂੰ ਕੰਮ, ਅੱਜ ਤੱਕ ਮੈਨੂੰ ਕੋਈ ਕੰਮ ਔਖਾ ਨਹੀਂ ਜੇ ਲੱਗਾ, ਕੋਈ ਕੰਮ ਔਖਾ। ਜਿੱਥੇ ਚਾਹ ਉੱਥੇ ਰਾਹ, ਕੰਮ ਹੁੰਦੇ ਆ, ਇੱਛਾ ਹੀ ਨਹੀਂ ਹੁੰਦੀ ਕਰਨ ਵਾਲਿਆਂ ਦੀ। ਇਹਨੂੰ ਅਸੀਂ ਆਈ ਟੀ ਸਿਟੀ ਬਣਾਉਣਾ, ਇਹਨੂੰ ਅਸੀਂ ਸਪੋਰਟਸ ਸਿਟੀ ਬਣਾਉਣਾ, ਇਹਨੂੰ ਮੈਡੀ ਸਿਟੀ ਬਣਾਉਣਾ, ਮੈਡੀਕਲ ਟੂਰਿਜ਼ਮ ਲੈ ਕੇ ਆਉਣਾ, ਸਪੋਰਟਸ ਟੂਰਿਜ਼ਮ ਲੈ ਕੇ ਆਉਣਾ, ਇਹਨੂੰ ਟ੍ਰੇਡ ਦਾ ਹੱਬ ਬਣਾਉਣਾ, ਟ੍ਰੇਡ ਦੀ 12 ਏਕੜ ਜਗ੍ਹਾ ਰੱਖੀ ਆ ਅਸੀਂ। ਸੁਖਬੀਰ ਜੀ ਨੇ 12 ਏਕੜ ਜਗ੍ਹਾ ਰੱਖੀ ਸੀ ਆ ਜਿਹੜੀ ਜੇਲ੍ਹ ਸ਼ਿਫਟ ਕੀਤੀ ਸੀ ਗੁਮਟਾਲਿਓਂ, ਇਹਨਾਂ ਨੇ ਕੁਛ ਕੀਤਾ ਹੀ ਨਹੀਂ। ਉੱਥੇ ਅਸੀਂ ਪੱਕਾ ਇਨਫਰਾਸਟਰਕਚਰ ਬਣਾਵਾਂਗੇ। ਪਾਈਟੈਕਸ ਲੱਗਦਾ 4 ਦਿਨ ਹਫ਼ਤੇ ਦਾ, ਕਰੋੜਾਂ ਰੁਪਏ ਇਨਫਰਾਸਟਰਕਚਰ ਦੇ ਲਾਉਂਦੇ ਆ, ਪੱਕਾ ਇਨਫਰਾਸਟਰਕਚਰ ਬਣਾ, ਪ੍ਰਗਤੀ ਮੈਦਾਨ ਵਾਂਗੂ 12 ਮਹੀਨੇ ਇੱਥੇ ਟ੍ਰੇਡ ਫੇਅਰ ਚੱਲੂਗਾ ਅਲੱਗ ਅਲੱਗ ਚੀਜ਼ਾਂ ਦਾ, ਅਤੇ ਵਪਾਰੀ ਆਊਗਾ, ਖੁਸ਼ਹਾਲੀ ਆਊਗੀ। ਬਾਕੀ ਸਾਡਾ ਏਜੰਡਾ ਬਾਰਡਰ ਖੋਲ੍ਹਣਾ, ਸਭ ਤੋਂ ਮੇਨ ਕਿਸਾਨਾਂ ਵਾਸਤੇ ਲੱਤ ਲਾਉਣੀ, ਬਾਰਡਰ ਖੋਲ੍ਹਣਾ। ਬਾਰਡਰ ਖੁੱਲ੍ਹ ਜੇ ਪੂਰਾ ਪੰਜਾਬ ਖੁਸ਼ਹਾਲ ਹੋ ਜੇ। 30 ਕਿਲੋਮੀਟਰ 'ਤੇ ਲਾਹੌਰ ਆ, ਵਾਇਆ ਦੁਬਈ ਪਾਕਿਸਤਾਨ ਵਪਾਰ ਹੋ ਰਿਹਾ ਇਹ 30 ਕਿਲੋਮੀਟਰ। ਇੱਥੇ ਸਿਕਿਉਰਿਟੀ ਦਾ ਪ੍ਰਬੰਧ ਕਰੇ ਸੈਂਟਰ ਸਰਕਾਰ, ਸਕੈਨਰ ਲਾਵੇ ਕਿ ਕੋਈ ਮਾੜੀ ਚੰਗੀ ਚੀਜ਼ ਨਾ ਆਵੇ ਅਤੇ ਇਹ ਬਾਰਡਰ ਖੋਲ੍ਹਿਆ ਜਾਵੇ। ਇਸ ਕਰਕੇ ਅਸੀਂ ਸਾਰੇ ਇਹ ਐਫਰਟ ਕਰਾਂਗੇ। ਲੋਕਾਂ ਨੂੰ ਵਿਸ਼ਵਾਸ ਦਵਾਉਣਾ ਕਿ ਤੁਹਾਡੀਆਂ ਉਮੀਦਾਂ 'ਤੇ ਖਰਾ ਉਤਰੂੰਗਾ, ਤੁਹਾਨੂੰ ਪਛਤਾਉਣਾ ਨਹੀਂ ਪਊਗਾ। ਲੋਕਾਂ ਨੂੰ ਮੈਨੂੰ ਵੋਟ ਦੇ ਕੇ ਨਾ ਪਹਿਲਾਂ ਪਛਤਾਉਣਾ ਪਿਆ ਨਾ ਗਾਂਹ ਪਛਤਾਉਣਾ। ਕੀ ਚੁਣੌਤੀਆਂ ਰਹਿਣਗੀਆਂ ਤੁਹਾਨੂੰ? ਚੁਣੌਤੀ ਕਰਦੀ ਮੈਂ ਕਿਹੜੀ ਪਹਿਲੀ ਇਲੈਕਸ਼ਨ ਲੜਨੀ ਆ? ਮੈਂ ਤੇ ਇੰਜ ਕਰਕੇ ਹੱਥ ਜੋੜ ਕੇ ਲੋਕਾਂ ਨੂੰ ਕਹਿਣਾ ਵੀ ਮੌਕਾ ਦੇ ਦਿਓ, ਵੇਖ ਲਿਆ ਉਹਨਾਂ ਨੇ। ਲੋਕ ਖੁਦ ਹੀ ਪਛਤਾਉਂਦੇ ਪਏ ਆ। ਪਹਿਲਾਂ ਗੁਟਕਾ ਸਾਹਿਬ ਦੀ ਸਹੁੰ ਖਾਧੀ ਕੈਪਟਨ ਸਾਹਿਬ ਨੇ, ਫਿਰ ਝਾੜੂ ਵਾਲਿਆਂ ਨੇ ਤੁਹਾਨੂੰ ਦੱਸਿਆ ਵੀ ਦੁਨੀਆਂ ਭਰ ਦਾ ਝੂਠ ਬੋਲਤਾ, ਐਸਾ ਲੋਕਾਂ ਦੇ ਦਿਮਾਗ ਦੇ ਉੱਤੇ ਗਲਬਾ ਪਾਇਆ, ਝਾੜੂ 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 ਕਰੀ ਗਏ ਲੋਕ। ਬੰਦਾ ਕਿਹਨੂੰ ਚੁਣਦਾ, ਕਿਹੜਾ ਚੁਣਦਾ ਉਹ ਪਤਾ ਹੀ ਨਹੀਂ। ਅੱਜ 2 ਸਾਲ ਬਾਅਦ ਵੀ ਕਈਆਂ ਨੂੰ ਇਹ ਨਹੀਂ ਪਤਾ ਵੀ ਅਸੀਂ ਕੈਂਡੀਡੇਟ ਕਿਹੜਾ ਚੁਣਿਆ। ਇਸੇ ਕਰਕੇ ਆਉਂਦਾ ਪਹਿਲਾਂ ਮੈਂ ਕੈਂਡੀਡੇਟ ਵੇਖ ਲਿਆ ਕਰੋ, ਪਹਿਲਾਂ ਇਨਸਾਨ ਵੇਖ ਲਿਆ ਕਰੋ, ਨਿਸ਼ਾਨ ਵੱਲ ਬਾਅਦ ਝਾਤੀ ਮਾਰਿਆ ਕਰੋ। ਅਤੇ ਸ਼੍ਰੋਮਣੀ ਅਕਾਲੀ ਦਲ ਦਾ ਵੀ ਟਰੈਕ ਰਿਕਾਰਡ ਜਿਹੜਾ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਰਤਾ, ਅੱਜ ਤੱਕ ਕਿਸੇ ਹੋਰ ਸਰਕਾਰ ਨੇ ਕੀਤਾ। ਜੇ ਪੰਜਾਬ ਦੀ ਲੜਾਈ ਲੜੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਹੀ ਲੜੀ ਹੈ। 103 ਸਾਲ ਦੀ ਲੜਾਈ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀ ਲੜੀ ਹੈ। ਇਹ ਸੈਂਟਰ ਦੀ ਪਾਰਟੀ ਜਿਹੜੀ ਆ, ਭਾਵੇਂ ਉਹ ਬੀਜੇਪੀ ਆ, ਭਾਵੇਂ ਕਾਂਗਰਸ ਆ, ਝਾੜੂ ਵਾਲੇ ਦੇ ਹੁਣ ਆਏ ਆ, ਕਦੀ ਇਹਨਾਂ ਨੇ ਲੱਤ ਲਾਈ ਆ? ਇਹਨਾਂ ਨੂੰ ਹਰਿਆਣਾ ਵੀ ਆਉਣਾ, ਹਿਮਾਚਲ ਵੀ ਆਉਣਾ, ਰਾਜਸਥਾਨ ਵੀ ਆਉਣਾ, ਜੰਮੂ ਕਸ਼ਮੀਰ ਵੀ ਆਉਣਾ, ਇਹਨਾਂ 'ਤੇ ਡਰ ਲੱਗਦਾ ਜੇ ਪੰਜਾਬ ਵਾਸਤੇ ਕੋਈ ਗੱਲ ਕਰਤੀ, ਪੰਜਾਬ ਦੇ ਭਲੇ ਦੀ ਗੱਲ ਕਰਤੀ, ਉਹ ਸਾਡੇ ਗੱਲ ਪੈਣਗੇ। ਇਸ ਕਰਕੇ ਉਹਨਾਂ ਪਹਿਲਾਂ ਉੱਧਰ ਵੇਖਣਾ ਜਿੱਥੇ ਇਹਨਾਂ ਦੀਆਂ ਸਰਕਾਰਾਂ ਬਣਦੀਆਂ, ਉਸ ਤੋਂ ਬਾਅਦ ਪੰਜਾਬ ਦਾ ਭਲਾ ਸੋਚਣਗੇ। ਇਸ ਕਰਕੇ ਪੰਜਾਬ ਦਾ ਭਲਾ ਸੈਂਟਰ ਦੀਆਂ ਪਾਰਟੀਆਂ ਕੋਲ ਹੈ ਹੀ ਨਹੀਂ, ਉਹ ਤਾਂ ਅੰਗਰੇਜ਼ਾਂ ਵਾਂਗੂ ਰਾਜ ਕਰਨ ਆਉਂਦੇ ਆ। ਜਿਸ ਤਰ੍ਹਾਂ ਅੰਗਰੇਜ਼ ਇੰਗਲੈਂਡ 'ਚੋਂ ਆਏ ਸੀ, ਦਿੱਲੀ ਵਾਲੇ ਇੱਥੋਂ ਆਉਂਦੇ ਆ। ਇਸ ਕਰਕੇ ਮੈਂ ਬਹੁਤ ਧੰਨਵਾਦੀ ਹਾਂ ਸ਼੍ਰੋਮਣੀ ਅਕਾਲੀ ਦਲ ਦਾ, ਆਪਣੀ ਲੀਡਰਸ਼ਿਪ ਦਾ, ਜਿਨ੍ਹਾਂ ਨੇ ਮੇਰੇ 'ਤੇ ਵਿਸ਼ਵਾਸ ਕੀਤਾ। ਅਤੇ ਮੈਂ ਇਹ
ਵੋਟਰਾਂ ਨੂੰ ਇਹ ਕਹੂੰਗਾ ਵੀ ਹੁਣ ਤੁਹਾਡੇ ਹੱਥ 'ਚ ਗੇਂਦ ਆ, ਬਟਨ ਦੱਬਣ ਤੋਂ ਪਹਿਲਾਂ ਸੋਚਿਓ। ਬਟਨ ਇੰਝ ਕਰਕੇ ਕਰੀ ਜਾਂਦਾ, ਟੀ ਹੋ ਜਾਂਦਾ, 5 ਸੈਕਿੰਡ ਲੱਗਦੇ ਆ ਸਿਰਫ, ਵੋਟ ਪੈ ਜਾਂਦੀ ਆ। ਉਸ ਤੋਂ ਬਾਅਦ 5 ਸਾਲ ਅਸੀਂ ਇੰਨੀ ਗਲਤੀ ਹੋ ਗਈ। 5 ਸਾਲ ਬੜੇ ਲੰਬੇ ਆ, ਅਸੀਂ ਉਮਰਾਂ ਨਾ ਲੰਘਾਈਏ। ਬਟਨ ਦੱਬਦੇ ਹਾਂ 5 ਸਾਲ ਉਮਰ ਲੰਘ ਜਾਂਦੀ ਆ, ਬਟਨ ਦੱਬਦੇ ਹਾਂ 5 ਸਾਲ ਉਮਰ, ਆਪਾਂ ਉਮਰਾਂ ਹੀ ਲੰਘਾਈਆਂ। ਪਾਰਲੀਮੈਂਟ ਦੇ 75 ਸਾਲਾਂ 'ਚ ਕਿੰਨੇ ਮੈਂ MP ਬਣੇ ਆ? 30 ਸਾਲ ਤਾਂ ਭਾਟੀਆ ਸਾਹਿਬ ਦੇ ਆ, 10 ਸਾਲ ਸਿੱਧੂ ਸਾਹਿਬ ਦੇ, 10 ਸਾਲ ਔਜਲਾ ਸਾਹਿਬ ਦੇ, ਬਾਕੀ ਚਲੋ ਲਾ ਲਓ ਹੈਂ 2-3 ਹੋਰ ਹੋਣਗੇ। ਤੁਸੀਂ ਮੈਨੂੰ ਇੱਕ ਕੰਮ ਦੱਸ ਦਿਓ ਵੀ ਇਹ ਫਲਾਨੇ ਮੈਂਬਰ ਪਾਰਲੀਮੈਂਟ ਨੇ ਆਹ ਕੰਮ ਕੀਤਾ, ਇੱਕ ਕੰਮ ਗਣਾ ਦਿਓ ਯਾਰ। ਲੋਕਾਂ ਨੇ ਉਮਰਾਂ ਹੀ ਲੰਘਾਈਆਂ, ਕੰਮ ਕਿੰਨੇ ਕੀਤਾ? ਅੱਜ ਜਿਹੜੀ ਸੜਕ ਦੇ ਖਲੋ ਗਿਆ ਉਹ ਜੋਸ਼ੀ ਨੇ ਬਣਾਈ, ਮੈਨੂੰ ਤਾਂ 5 ਸਾਲ ਮਿਨਿਸਟਰੀ 'ਚ ਮਿਲੇ ਆ। ਜਿੱਥੇ ਖਲੋ ਗਿਆ ਬਾਗ ਜੋਸ਼ੀ ਨੇ ਬਣਾਇਆ, ਆਹ ਕੰਮ ਜੋਸ਼ੀ ਨੇ ਕੀਤਾ। ਇਹਨਾਂ ਨੇ ਤਹਿਸ ਨਹਿਸ ਕੀਤਾ ਵਾ, ਮਿਊਜ਼ੀਕਲ ਫਾਊਂਟੇਨ ਲਾਏ ਸੀ, ਲੇਜ਼ਰ ਸ਼ੋਅ ਲਾਇਆ, ਇੱਥੋਂ ਤੱਕ ਬਾਰਡਰ 'ਤੇ ਜਾ ਕੇ ਝੰਡਾ ਲਾ ਦਿੱਤਾ, ਏਸ਼ੀਆ ਦਾ ਸਭ ਤੋਂ ਉੱਚਾ ਝੰਡਾ। ਕੰਮ ਵੀ ਕਿਹਾ ਔਖਾ, ਜਿੱਥੇ ਚਾਹ ਉੱਥੇ ਰਾਹ।